ਸਤਿਗੁਰਾਂ ਨੇ ਸਾਨੂੰ ਬਹੁਤ ਸੌਖਾ ਤਰੀਕਾ ਦੱਸਿਆ ਹੈ ਗੁਰੂ ਪਿਆਰੀ ਸਾ ਸੰਗਤ ਜੀ ਜੇ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਨੇ ਉਸ ਅਗੇ ਅਰਦਾਸ ਕਰ ਰੋਜ਼ਾਨਾ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਪਿਆਰੀ ਸਾ ਸੰਗਤ ਜੀ ਨਾਮ ਦੀ ਦਾਤ ਦੀ ਰੋਜ਼ਾਨਾ ਅਰਦਾਸ ਕਰਾਂਗੇ ਇਸੇ ਦਾ ਇਸੇ ਅਰਦਾਸ ਦਾ ਸਦਕਾ ਜਿਸ ਦਿਨ ਤੁਰ ਅੰਦਰੋਂ ਅਰਦਾਸ ਹੋ ਗਈ ਨਾ ਉਸ ਦਿਨ ਕਿਰਪਾ ਵਾਹਿਗੁਰੂ ਨੇ ਕਰ ਦੇਣੀ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਤੁਰ ਅੰਦਰੋਂ ਅਰਦਾਸ ਐਵੇਂ ਨਹੀਂ ਹੁੰਦੀ ਸਾਲਾਂ ਸਾਲ ਮਨੁੱਖ ਕਈ ਵਾਰ ਉਪਰੋਂ-ਪਰੋਂ ਅਰਦਾਸ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤੁਰ ਅੰਦਰੋਂ ਅਰਦਾਸ ਜਿਸ ਦੀ ਹੋ ਜਾਵੇ ਨਾ ਉਸ ਤੇ ਫਿਰ ਉਸ ਤੇ ਵਾਹਿਗੁਰੂ ਦੀ ਕਿਰਪਾ ਬਣ ਜਾਂਦੀ ਹੈ ਕਿਸੇ ਵੀ ਮਨੋਰਥ ਲਈ ਹੋਵੇ ਉਹ ਜਦੋਂ ਧੁਰ ਅੰਦਰੋਂ ਅਰਦਾਸ ਹੁੰਦੀ ਹੈ ਫੇਰ ਵਾਹਿਗੁਰੂ ਸੁਣਦਾ ਹੈ ਧੁਰ ਅੰਦਰੋਂ ਅਰਦਾਸ ਹੋਵੇ ਤਾਂ ਤਾਂ ਮਿਲਿਆ ਜਾਂ ਲਈ ਮਿਲਾਈ ਮਹਾਰਾਜ ਜੀ ਕਿ ਉਹਨਾਂ ਨੇ ਉਸ ਵਾਹਿਗੁਰੂ ਦੀ ਕਿਰਪਾ ਹੋਵੇ ਫੇਰ ਮਿਲਿਆ ਜਾ ਸਕਦਾ ਹੈ ਤੇ ਮਿਲਨ ਦੇ ਲਈ ਵਾਹਿਗੁਰੂ ਨੂੰ ਉਸ ਦੇ ਅੱਗੇ ਅਰਦਾਸ ਕਰਨੀ ਪੈਂਦੀ ਹੈ ਉਸ ਦਾ ਨਾਮ ਜਪਣਾ ਪੈਂਦਾ ਹੈ ਬਾਕੀ ਮਰਜੀ ਉਸ ਵਾਹਿਗੁਰੂ ਦੀ ਹੈ ਕਿ ਉਹ ਮਿਲਾਵੇ ਚਾਹੇ ਨਾ ਮਿਲਾਵੇ ਨੈਣ ਸੰਤੁਖੇ ਪਰਾਪ ਦਰਸ਼ਨ ਪਾਇਆ ਮਹਾਰਾਜ ਜੀ ਕਹਿੰਦੇ ਨੇ ਵਾਹਿਗੁਰੂ ਦੇ ਦਰਸ਼ਨਾਂ ਦੀ ਬਰਕਤ ਇੰਨੀ ਹੈ ਕਿ ਅੱਖਾਂ ਸੰਤੁਸ਼ਟ ਹੋ ਜਾਂਦੀਆਂ ਨੇ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅਸੀਂ ਬਹੁਤ ਕੁਝ ਵੇਖਦੇ ਹਾਂ ਤਾਂ ਵੀ ਅੱਖਾਂ ਨਹੀਂ ਰੱਜਦੀਆਂ ਅੱਜ ਕੱਲ ਬਹੁਤ ਕੁਝ ਕੋਈ ਨਵੀਂ ਜਗ੍ਹਾ ਦੇਖਣ ਚਲਾ ਗਿਆ ਕੋਈ ਟੈਲੀਵਿਜ਼ਨ ਤੇ ਕੋਈ ਮਨੋਰੰਜਨ ਦੇ ਸਾਧਨ ਵੇਖਣ ਚਲਾ ਗਿਆ ਕੋਈ ਰੰਗ ਤਮਾਸ਼ੇ ਵੇਖਣ ਚਲਾ ਗਿਆ ਗੁਰੂ ਪਿਆਰੀ ਸਾਸੰਗਤ ਜੀ ਅੱਖਾਂ ਪੂਰਾ ਦਿਨ ਨਹੀਂ ਰਜਦੀਆਂ ਪੂਰਾ ਦਿਨ ਕੀ ਪੂਰੀ ਜ਼ਿੰਦਗੀ ਨਹੀਂ ਰਜਦੀਆਂ ਮਹਾਰਾਜ ਜੀ ਕਹਿੰਦੇ ਨੇ ਕਦੋਂ ਰਜਦੀਆਂ ਨੇ ਜਦੋਂ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਜਦੋਂ ਉਸ ਵਾਹਿਗੁਰੂ ਦਾ ਦਰਸ਼ਨ ਮੇ ਹੋ ਗਿਆ ਜਦੋਂ ਵਾਹਿਗੁਰੂ ਦਾ ਦਰਸ਼ਨ ਹੋ ਗਿਆ ਨਾ ਕੰਡ ਕੰਡ ਦੇ ਵਿੱਚੋਂ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਖਾਂ ਦੀ ਜਿਹੜੀ ਮਾਇਆ ਵਾਲੀ ਪ੍ਰਵਿਰਤੀ ਹੈ ਤ੍ਰਿਸ਼ਨਾਵਾਂ ਵਾਲੀ ਪ੍ਰਵਿਰਤੀ ਹੈ ਉਹ ਖਤਮ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਫਿਰ ਮਨ ਜਿਹੜਾ ਹੈ ਉਹ ਰਾਜ ਜਾਂਦਾ ਹੈ ਅੱਖਾਂ ਮਨ ਲਈ ਕੰਮ ਕਰਦੀਆਂ ਨੇ ਮਨ ਵੀ ਰਾਜ ਜਾਂਦਾ ਹੈ ਫਿਰ ਅੱਖਾਂ ਨੂੰ ਕੁਝ ਹੋਰ ਵੇਖਣ ਦੀ ਚਾਹਤ ਨਹੀਂ ਰਹਿੰਦੀ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਾਹੋ ਨਾਨਕ ਸਫਲ ਸੋ ਆਇਆ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਜਾਮੇ ਦੇ ਵਿੱਚ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਜਿਸਨੇ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕੀਤਾ ਹੈ ਨਾ ਉਹ ਧੰਨ ਹੈ ਉਹ ਸਫਲ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ ਜਿਸਨੇ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕੀਤੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਸਤਿਗੁਰੂ ਸਾਡੇ ਉੱਤੇ ਕਿਰਪਾ ਕਰੇ ਸਾਨੂੰ ਹੀ ਨਾਮ ਦੀ ਦਾਤ ਪਕਸ਼ਿਸ਼ ਕਰੇ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹਾਸਲ ਕੀਤਾ ਜਾ ਸਕਦਾ ਕਈ ਲੋਕ ਤੇ ਮਹਾਰਾਜ ਜੀ ਦੇ ਹੁਕਮ ਨੂੰ ਐਵੇਂ ਸਮਝਦੇ ਨੇ ਕਈ ਦੇ ਸੋਚਦੇ ਨੇ ਜੀ ਪੜ ਕੇ ਤੇ ਬਸ ਠੀਕ ਹੈ ਪੜ ਕੇ ਦੇ ਕਥਾ ਸੁਣ ਲਈ ਤੇ ਚਲੋ ਇੰਨਾ ਹੀ ਕੰਮ ਸੀ ਗਾੜੀ ਕੁਝ ਨਹੀਂ ਗੁਰੂ ਪਿਆਰੀ ਸਾ ਸੰਗਤ ਜੀ ਅੱਗੇ ਵੀ ਹੈ ਅੱਗੇ ਅਸੀਂ ਇਸ ਜਿਹੜਾ ਸ਼ਬਦ ਪੜਿਆ ਹੈ ਉਸ ਤੇ ਅਮਲ ਵੀ ਕਰਨਾ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣ ਗੁਰ ਸਿੱਖੋ ਕਰਤਾ ਆਪ ਮੂੰਹ ਕਢਾਏ ਇਹ ਵਾਹਿਗੁਰੂ ਨੇ ਆਪ ਆਪਣੇ ਭਗਤ ਪਿਆਰਿਆਂ ਦੇ ਮਹਾਪੁਰਖਾਂ ਦੇ ਮੂੰਹ ਦੇ ਵਿੱਚੋਂ ਆਪ ਘਟਾਈ ਹੈ ਗੁਰਬਾਣੀ ਤੁਰ ਕੀ ਬਾਣੀ ਇਸੇ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਉਹ ਵਾਹਿਗੁਰੂ ਨੇ ਆਪ ਆਪਣੇ ਭਗਤ ਪਿਆਰੇ ਆ મહਾਪੁਰਖਾਂ ਦੇ ਮੋਹੂ ਕਟਾਈ ਹੈ ਇਹ ਸਤ ਹੈ ਆਦ ਜੁਗਾਦੀ ਸੱਚ ਹੈ ਗੁਰੂ ਪਿਆਰੀ ਸਾ ਸੰਗਤ ਜੀ ਇਸ ਕਰਕੇ ਸਤ ਗੁਰੂ ਜੀ ਅੱਜ ਦੇ ਉਪਦੇਸ਼ ਦੇ ਅੰਦਰ ਕਿਰਪਾ ਕਰਦੇ ਨੇ ਭਾਈ ਉਸ ਵਾਹਿਗੁਰੂ ਨੂੰ ਸਭ ਕੁਝ ਆਪਣਾ ਅਰਪ ਕਰ ਦੇ ਹੰਕਾਰ ਨਾ ਮਨ ਵਿੱਚ ਕਰੀ ਵਾਹਿਗੁਰੂ ਦੀ ਮਤ ਨੂੰ ਧਾਰਨ ਕਰ ਆਪਣੀ ਮਤ ਨੂੰ ਤਿਆਗ ਦੇ ਤੇ ਸਤ ਸੰਗਤ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰ ਮਹਾਰਾਜ ਜੀ ਸਾਨੂੰ ਉਪਦੇਸ਼ ਕਰਦੇ ਨੇ ਭਾਈ ਉਸ ਵਾਹਿਗੁਰੂ ਦੇ ਦਰਸ਼ਨਾਂ ਦੇ ਨਾਲ ਹੀ ਸੰਤੁਸ਼ਟੀ ਮਿਲਣੀ ਹੈ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਉਸ ਦੇ ਦਰਸ਼ਨ ਮਿਲਦੇ ਨੇ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਰਕੇ ਭਾਈ ਸਤਗੁਰੂ ਜੀ ਕਹਿੰਦੇ ਨੇ ਤੂੰ ਸਤ ਸੰਗਤ ਕਰ ਭਲਿਆਂ ਪੁਰਸ਼ਾਂ ਦੀ ਸੰਗਤ ਕਰ ਤੇਰੇ ਅੰਦਰੋਂ ਔਗਣ ਵਿਕਾਰ ਖਤਮ ਹੋ ਜਾਣਗੇ ਮਹਾਰਾਜ ਜੀ ਕਿਰਪਾ ਕਰਨ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲਵੇ ਗੁਰੂ ਪਾਤਸ਼ਾਹ ਜੀ ਬਖਸ਼ਣ ਹਾਰ ਨੇ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ